ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਦੋ ਰੰਗ ਪੁਸਤਕ ਵਿੱਚੋਂ ਕਵਿਤਾ ਭਾਗ ਤੇ ਬੇਟਾ ਹਾਂ ਇਹ ਕਵਿਤਾ ਹੈ ਖੈਰ ਪੰਜਾਬ ਦੀ ਤੇ ਕਵੀ ਨੇ ਫਿਰੋਜ਼ਦੀਨ ਸਰਫ ਤੇ ਬੇਟਾ ਜੀ ਪੜਨਾ ਸਟਾਰਟ ਕਰਦੇ ਹਾਂ ਕਹਿੰਦੇ ਕਿ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪੈੰਡੂ ਪਰ ਸ਼ੈਰੀਏ ਰੰਗ ਦਾ ਹਾਂ ਕبھی ਕਹਿੰਦਾ ਕਿ ਮੈਂ ਪੰਜਾਬੀ ਆ ਤੇ ਪੰਜਾਬ ਦੇ ਰਹਿਣ ਵਾਲਾ ਵਾਂ ਪਰ ਮੈਂ ਪਿੰਡ ਵਿੱਚ ਰਹਿੰਦਾ ਪਰ ਜਿਹੜਾ ਮੇਰਾ ਰਹਿਣ ਸਹਿਣ ਆ ਥੋੜਾ ਮੇਰਾ ਰਹਿਣ ਸਹਿਣ ਦਾ ਅੰਦਾਜ਼ ਜਿਹੜਾ ਸ਼ਹਿਰਾਂ ਵਾਂਗ ਦਾ ਸਮਝਦਾ ਫਾਰਸੀ ਉਰਦੂ ਵੀ ਖੂਬ ਬੋਲਦਾ ਕਹਿੰਦਾ ਮੈਂ ਮੈਂ ਫਾਰਸੀ ਵੀ ਸਮਝ ਲੈਣਾ ਤੇ ਉਰਦੂ ਵੀ ਮੈਂ ਬਹੁਤ ਜ਼ਿਆਦਾ ਬੋਲਦਾ ਵਾਂ ਮੈਨੂੰ ਬਹੁਤ ਗਿਆਨ ਆ ਉਰਦੂ ਦਾ ਵੀ ਤੇ ਫਾਰਸੀ ਵੀ ਬੋਲ ਲੈਂਦਾ ਥੋੜੀ ਜਿਹੀ ਅੰਗਰੇਜ਼ੀ ਵੀ ਆਂਗਦਾ ਹਾਂ ਤੇ ਕਹਿੰਦਾ ਕਿ ਥੋੜੀ-ਬਹੁਤੀ ਮੈਂ ਅੰਗਰੇਜ਼ੀ ਦੀ ਵੀ ਜਿਹੜੀ ਇੰਗਲਿਸ਼ ਹੈ ਉਹਦੀ ਵੀ ਜਾਣਕਾਰੀ ਰੱਖਦਾ ਹਾਂ ਬੋਲੀ ਆਪਣੇ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ ਕਿ ਮੈਨੂੰ ਮੈਨੂੰ ਜਿਹੜੀ ਮੇਰੀ ਪੰਜਾਬੀ ਬੋਲੀ ਆ ਉਹਦੇ ਨਾਲ ਮੈਨੂੰ ਬਹੁਤ ਪਿਆਰ ਆ ਤੇ ਇਸ ਗੱਲ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਕਿ ਮੈਂ ਜਿੱਥੇ ਵੀ ਜਾਣਾ ਪੰਜਾਬੀ ਬੋਲਦਾ ਵਾਂ ਤੇ ਮੈਂ ਮੈਂ ਕਿਉਂਕਿ ਮੈਂ ਆਪਣੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਦਾ ਤੇ ਇਸ ਗੱਲ ਦੀ ਮੈਨੂੰ ਕੋਈ ਵੀ ਸ਼ਰਮ ਨਹੀਂ ਆ ਮੈਂ ਕੋਈ ਸੰਗਦਾ ਨਹੀਂ ਆ ਕਿ ਮੈਂ ਪੰਜਾਬੀ ਬੋਲਦਾ ਇਹ ਇਸ ਕਰਕੇ ਕਿਹਾ ਗਿਆ ਕਿਉਂਕਿ ਅੱਜ ਦੇ ਮਾਡਰਨ ਜਮਾਨੇ ਵਿੱਚ ਜਾਂ ਉਸ ਸਮੇਂ ਦੇ ਵਿੱਚ ਵੀ ਅੰਗਰੇਜ਼ੀ ਬੋਲਣ ਵਾਲੇ ਨੂੰ ਜਾਂ ਹਿੰਦੀ ਬੋਲਣ ਵਾਲੇ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਤੇ ਜਿਹੜੇ ਪੰਜਾਬੀ ਬੋਲਦੇ ਹੈ ਤੇ ਉਹਨਾਂ ਨੂੰ ਇਹ ਸਮਝਿਆ ਜਾਂਦਾ ਹੈ ਕਿ ਘੱਟ ਨੌਲੇਜ ਹੈ ਠੀਕ ਹੈ ਬੱਸ ਕਵੀ ਕੀ ਕਹਿੰਦਾ ਹੈ ਕਵੀ ਕਹਿੰਦਾ ਕਿ ਮੈਨੂੰ ਆਪਣੀ ਪੰਜਾਬੀ ਬੋਲੀ ਨਾਲ ਬਹੁਤ ਪਿਆਰ ਹੈ ਮੈਂ ਆਪਣੀ ਪੰਜਾਬੀ ਬੋਲੀ ਨਾਲ ਪਿਆਰ ਰੱਖਦਾ ਹਾਂ ਤੇ ਮੈਨੂੰ ਇਸ ਗੱਲ ਦੇ ਕੋਈ ਸ਼ਰਮ ਨਹੀਂ ਆਉਂਦੀ ਕਿ ਮੈਂ ਪੰਜਾਬੀ ਬੋਲਦਾ ਪਿਆਵਾਂ ਠੀਕ ਹੈ ਕਹਿੰਦੇ ਮੋਤੀ ਕਿਸੇ ਸੁਹਾਗਣ ਦੀ ਨਾਥ ਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਕਹਿੰਦਾ ਕਿ ਮੈਂ ਜਿਹੜਾ ਆ ਮੈਂ ਪੰਜਾਬੀ ਬੋਲਣ ਵਾਲਾ ਮੈਂ ਉਸੇ ਤਰ੍ਹਾਂ ਪੰਜਾਬੀ ਬੋਲਦਾ ਵਾਂ ਜਿਸ ਤਰ੍ਹਾਂ ਇੱਕ ਸੁਹਾਗਣ ਦੀ ਨਾਥ ਦਾ ਮੋਤੀ ਹੈ ਠੀਕ ਹੈ ਤੇ ਮੈਂ ਕਿਸੇ ਜਿਹੜੀ ਪੰਜਾਬਣ ਆ ਉਹਦੀ ਵੰਗ ਆ ਜਿਸਾਂ ਮੈਨੂੰ ਪੰਜਾਬੀ ਉਸੇ ਤਰ੍ਹਾਂ ਪਿਆਰੀ ਜਿਸਾਂ ਇੱਕ ਸਹਾਗ ਨੂੰ ਆਪਣੀ ਨਾਅ ਦਾ ਮੋਤੀ ਤੇ ਪੰਜਾਬ ਨੂੰ ਆਪਣੀ ਕਲਾਈ ਵਿੱਚ ਪਾਈਆਂ ਹੋਈਆਂ ਵੰਗਾ ਪਿਆਰੀਆਂ ਨੇ ਠੀਕ ਹੈ ਤੇ ਮੈਂ ਕੀ ਆ ਮੇਰੀ ਪੰਜਾਬੀ ਬੋਲੀ ਮੈਨੂੰ ਉਸ ਤਰ੍ਹਾਂ ਪਿਆਰੀ ਆ ਤੇ ਬੇਟਾ ਇਹਦਾ ਪ੍ਰਸੰਗ ਲਿਖਾਂਗੇ ਕਹਿੰਦੇ ਕਿ ਇਹ ਕਵੀ ਟੋਟਾ ਦੋ ਰੰਗ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸਰਫ ਦੀ ਲਿਖੀ ਕਵਿਤਾ ਖੈਰ ਪੰਜਾਬ ਦੀ ਵਿੱਚੋਂ ਲਿਆ ਗਿਆ ਹੈ ਤੇ ਇਸ ਵਿੱਚ ਕਵੀ ਨੇ ਪੰਜਾਬ ਤੇ ਪੰਜਾਬੀ ਬੋਲੀ ਨਾਲ ਆਪਣਾ ਪਿਆਰ ਦਰਸਾਇਆ ਹੈ ਵਿਆਖਿਆ ਵਿੱਚ ਲਿਖਾਂਗੇ ਕਹਿੰਦੇ ਕਿ ਕਵੀ ਕਹਿੰਦਾ ਹੈ ਕਿ ਮੈਂ ਪੰਜਾਬੀ ਹਾਂ ਕਿਉਂਕਿ ਮੈਂ ਪੰਜਾਬ ਦੇ ਰਹਿਣ ਵਾਲਾ ਹਾਂ ਠੀਕ ਹੈ ਉਂਝ ਮੈਂ ਪਿੰਡੂ ਹਾਂ ਪਰ ਮੇਰਾ ਰਹਿਣਾ ਸਹਿਣਾ ਸਾਰੀ ਟੰਗ ਦਾ ਹੈ ਮੈਂ ਫਾਰਸੀ ਸਮਝ ਲੈਂਦਾ ਹਾਂ ਔਰ ਉਰਦੂ ਅੱਛੀ ਤਰ੍ਹਾਂ ਬੋਲ ਲੈਂਦਾ ਹਾਂ ਠੀਕ ਹੈ ਥੋੜੀ ਬਹੁਤੀ ਮੈਨੂੰ ਅੰਗਰੇਜ਼ੀ ਵੀ ਮੈਂ ਜਾਣਦਾ ਹਾਂ ਪਰ ਇਸ ਦੇ ਨਾਲ ਹੀ ਮੈਂ ਇਹ ਗੱਲ ਆਖਣ ਤੇ ਕਦੇ ਸ਼ਰਮਾਉਂਦਾ ਨਹੀਂ ਕਿ ਮੈਂ ਪੰਜਾਬੀ ਆਪਣੀ ਪੰਜਾਬੀ ਬੋਲੀ ਨਾਲ ਸਭ ਤੋਂ ਜ਼ਿਆਦਾ ਪਿਆਰ ਰੱਖਦਾ ਹਾਂ ਕਿਉਂਕਿ ਮੈਂ ਪੂਰੀ ਤਰ੍ਹਾਂ ਪੰਜਾਬੀ ਹਾਂ ਮੈਂ ਤਾਂ ਆਪਣੇ ਆਪ ਨੂੰ ਕਿਸੇ ਦੀ ਸੁਹਾਗਣ ਕਿਸੇ ਸੁਹਾਗਣ ਦੀ ਨੱਥ ਦਾ ਮੋਤੀ ਤੇ ਪੰਜਾਬਣ ਦੀ ਵੰਗ ਦੀ ਵੰਗ ਦਾ ਟੁਕੜਾ ਇੱਥੇ ਬੇਟਾ ਵੰਗ ਦੀ ਜਿਹੜੀ ਹੈ ਚੂੜੀ ਦਾ ਟੁਕੜਾ ਸਮਝਦਾ ਹਾਂ ਠੀਕ ਹੈ ਪੰਜਾਬੀ ਦੀ ਵੰਗਮਤਲ ਚੂੜੀ ਵੀ ਕਹਿ ਸਕਦੇ ਹੋ ਜਿਹੜੇ ਬੈਂਗਲਸ ਪਾਏ ਹੁੰਦੇ ਆ ਲੇਡੀਜ਼ ਨੇ ਠੀਕ ਹੈ ਉਹਦੀ ਟੁਕੜਾ ਸਮਝਦਾ ਹਾਂ ਠੀਕ ਹੈ ਅੱਗੇ ਹੈਗਾ ਕਹਿੰਦਾ ਕਿ ਮਿਲੇ ਮਾਨ ਪੰਜਾਬੀ ਨੂੰ ਦੇਸ਼ ਅੰਦਰ ਕੀ ਕਹਿੰਦਾ ਮਿਲੇ ਮਾਨ ਪੰਜਾਬੀ ਨੂੰ ਦੇਸ਼ ਅੰਦਰ ਆਸ਼ਿਕ ਮੁੱਢ ਨੂੰ ਮੈਂ ਉਸ ਇਸ ਮੰਗਦਾ ਹਾਂ ਕਹਿੰਦਾ ਕਿ ਮੇਰਾ ਇਹ ਸੁਪਨਾ ਵੈ ਮੇਰੀ ਇਹ umang ਹੈ ਮੇਰੀ ਇਹ ਖਾਇਸ਼ ਹੈ ਕਿ ਮੇਰੀ ਪੰਜਾਬੀ ਬੋਲੀ ਨੂੰ ਹਮੇਸ਼ਾ ਪਿਆਰ ਸਤਿਕਾਰ ਮਿਲਦਾ ਰਹੇ ਕਹਿੰਦੇ ਵਾਰਿਸ਼ ਆ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਜਿੰਦਗੀ ਰੰਗਦਾ ਹਾਂ ਹੁਣ ਜਿਹੜੇ ਵਾਰਿਸ਼ ਆਏ ਹੋਏ ਨੇ ਜਾਂ ਬੁੱਲੇ ਸ਼ਾਹ ਹੋਏ ਨੇ ਪੰਜਾਬੀ ਦੇ ਪ੍ਰਸਿੱਧ ਜਿਹੜੇ ਨੇ ਸੂਫੀ ਸੰਤ ਹੋਏ ਨੇ ਤੇ ਇਹਨਾਂ ਨੇ ਬੜੀਆਂ ਰਚਨਾਵਾਂ ਲਿਖੀਆਂ ਬਹੁਤ ਸੋਹਣੀਆਂ ਵਧੀਆ ਵਧੀਆ ਰਚਨਾਵਾਂ ਲਿਖੀਆਂ ਤੇ ਕਵੀ ਕਹਿੰਦਾ ਕਿ ਮੈਂ ਉਹਨਾਂ ਦੇ ਨਕਸ਼ੇ ਕਦਮ ਤੇ ਤੁਰਦਾ ਹਾਂ ਤੇ ਮੈਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਰਚਨਾਵਾਂ ਮੈਂ ਉਹਨੂੰ ਬੜਾ ਖੂਬ ਪੜਦਾ ਮਨ ਲਾ ਕੇ ਪੜੀਆਂ ਨੇ ਤੇ ਮੈਂ ਆਪਣੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਉਹਨਾਂ ਦੇ ਰੰਗਾਂ ਵਿੱਚ ਹੀ ਰੰਗਣਾ ਪਸੰਦ ਕਰਦਾ ਹਾਂ ਕਹਿੰਦੇ ਰਮਾ ਐਥੇ ਤੇ ਜੁਪੀ ਦੀ ਕਰਾਂ ਗੱਲਾਂ ਐਸੀ ਅਕਲ ਨੂੰ ਸ਼ਿੱਕੇ ਤੇ ਟੰਗਦਾ ਹਾਂ ਕਹਿੰਦਾ ਕਿ ਮੈਂ ਪੰਜਾਬ ਵਿੱਚ ਰਹਿਣਾ ਵਾ ਜਿਹੜੀ ਯੂਪੀ ਦੀ ਬੋਲੀ ਹਿੰਦੀ ਹੈ ਕਹਿੰਦੇ ਮੈਂ ਪੰਜਾਬ ਵਿੱਚ ਰਹਾਗਾ ਤੇ ਪੰਜਾਬੀ ਹੀ ਮੈਂ ਬੋਲਾਂਗਾ ਤੇ ਮੈਂ ਐ ਨਹੀਂ ਕਿ ਮੈਂ ਪੰਜਾਬ ਵਿੱਚ ਜਿਹੜਾ ਕਿ ਹਿੰਦੀ ਭਾਸ਼ਾ ਜਿਹੜੀ ਕਿ ਯੂਪੀ ਬਿਹਾਰ ਯੂਪੀ ਦੀ ਹੈ ਲੈਂਗੁਏਜ ਉਹਨੂੰ ਮੈਂ ਕਰਾਂ ਕਹਿੰਦਾ ਕਿ ਜੇ ਮੇਰੀ ਇਹੋ ਜੀ ਮੇਰੀ ਸੋਚ ਹੈ ਤੇ ਮੈਂ ਉਸ ਸੋਚ ਨੂੰ ਸਿੱਕੇ ਤੇ ਟੰਗਣਾ ਮਤਲਬ ਦਫਾ ਕਰਦਾ ਮੈਂ ਮੈਸੇਜ ਆਪਣੀ ਸੋਚ ਨੂੰ ਕਿ ਜੇ ਇਹ ਜਿਹੜੀ ਮੇਰੀ ਸੋਚ ਹੈ ਕਿ ਮੈਂ ਆਪਣੀ ਪੰਜਾਬੀ ਨੂੰ ਛੱਡ ਕੇ ਹਿੰਦੀ ਭਾਸ਼ਾ ਫੜਾਂ ਠੀਕ ਹੈ ਮਤਲਬ ਲੈਂਗੁਏਜ ਬੇਟਾ ਕੋਈ ਵੀ ਜਿਹੜੀ ਹੈ ਉਹ ਮਾੜੀ ਨਹੀਂ ਹੈਗੀ ਇਹਦੇ ਵਿੱਚ ਕਵੀ ਨੇ ਆਪਣੀ ਜਿਹੜੀ ਫੀਲਿੰਗ ਹੈ ਆਪਣਾ ਪਿਆਰ ਜਿਹੜਾ ਪੰਜਾਬੀ ਭਾਸ਼ਾ ਵੱਲ ਜ਼ਿਆਦਾ ਦਰਸਾਇਆ ਹੈ ਠੀਕ ਹੈ ਨੈਕਸਟ ਹੈ ਕਹਿੰਦਾ ਮੈਂ ਪੰਜਾਬੀ ਪੰਜਾਬ ਦਾ ਸਰਵ ਸੇਵਕ ਸਦਾ ਖੈਰ ਪੰਜਾਬ ਦੀ ਮੰਗਦਾ ਹਾਂ ਕਹਿੰਦਾ ਕਿ ਮੈਂ ਪੰਜਾਬੀ ਦਾ ਬਜ਼ੁਰਗ ਸੇਵਕ ਕਹਿੰਦਾ ਮਤਲਬ ਹੈ ਕਿ ਉਹ ਬਜ਼ੁਰਗ ਹੈ ਸੇਵਕ ਕਹਿੰਦਾ ਮਤਲਬ ਕਿ ਉਹਨਾਂ ਦੀ ਉਮਰ ਜ਼ਿਆਦਾ ਹੋਗੀ ਤੇ ਕਹਿੰਦਾ ਕਿ ਮੈਂ ਬਜ਼ੁਰਗ ਆ ਮੈ ਉਹ ਸੇ ਪੰਜਾਬ ਦਾ ਪ੍ਰਹਿਣ ਵਾਲਾ ਤੇ ਬੜਾ ਸਿਆਣਾ ਵਾ ਸਿਆਣੇ ਨੂੰ ਅਹੀਂ ਜਦੋਂ ਕੋਈ ਬੰਦਾ ਬਜ਼ੁਰਗ ਹੋ ਜਾਂਦਾ ਤੀ ਕਹਿੰਦੇ ਕਿ ਇਹਦੇ ਕੋਲ ਨੌਲੇਜ ਹੈ ਕਿਉਂਕਿ ਇਹਨੂੰ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਕਹਿੰਦਾ ਕਿ ਮੈਂ ਬਜ਼ੁਰਗ ਆ ਤੇ ਮੈਂ ਹਮੇਸ਼ਾ ਆਪਣੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਖੈਰ ਮੰਗਦਾ ਹਾਂ ਬੇਟਾ ਇਹਦੇ ਵਿੱਚ ਅਹੀਂ ਜਿਹੜਾ ਪ੍ਰਸੰਗ ਹੈ ਇਸ ਪੈਰੇ ਦਾ ਉਪਰੋਕਤ ਹੀ ਲਿਖਾਂਗੇ ਤੇ ਵਿਆਖਿਆ ਲਿਖ ਦਿੰਨੇ ਆ ਕਹਿੰਦੇ ਕਿ ਕਵੀ ਕਹਿੰਦਾ ਹੈ ਕਿ ਮੈਂ ਸ਼ੁਰੂ ਤੋਂ ਹੀ ਇਹ ਖਾਇਸ਼ ਦਾ ਆਸ਼ਿਕ ਹਾਂ ਕਿ ਪੰਜਾਬੀ ਬੋਲੀ ਨੂੰ ਉਸ ਦੇ ਦੇਸ਼ ਵਿੱਚ ਪੂਰਾ ਮਾਨ ਸਤਿਕਾਰ ਮਿਲੇ ਮੈਂ ਤਾਂ ਪੰਜਾਬੀ ਕਵੀਆਂ ਵਾਰਿਸਾ ਤੇ ਬੁੱਲੇ ਦੇ ਬੁੱਲੇ ਸ਼ਾਹ ਦੇ ਕਾਵੀ ਰੰਗ ਵਿੱਚ ਆਪਣੀ ਜ਼ਿੰਦਗੀ ਨੂੰ ਡੋਬ-ਡੋਬ ਕੇ ਰੱਖਦਾ ਹਾਂ ਭਾਵੇਂ ਇਹ ਹੈ ਕਿ ਮੈਂ ਉਹਨਾਂ ਦੀਆਂ ਕ੍ਰਿਚਨਾਵਾਂ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਉਹਨਾਂ ਵਾਂਗ ਹੀ ਪੰਜਾਬੀ ਬੋਲੀ ਵਿੱਚ ਕਵਿਤਾ ਲਿਖਦਾ ਹਾਂ ਠੀਕ ਹੈ ਬੇਟਾ ਕਹਿੰਦਾ ਕਿ ਮੈਂ ਅਜੇ ਹੀ ਅਕਲ ਨੂੰ ਆਪਣੇ ਦਿਮਾਗ ਵਿੱਚੋਂ ਰੱਖਣ ਲਈ ਤਿਆਰ ਨਹੀਂ ਜਿਹੜੀ ਮੈਨੂੰ ਇਹ ਸਿਖਾਵੇ ਕਿ ਮੈਂ ਪੰਜਾਬ ਵਿੱਚ ਰਹਿ ਕੇ ਆਪਣੀ ਪੰਜਾਬੀ ਬੋਲੀ ਵਿੱਚ ਗੱਲਾਂ ਕਰਨ ਤੇ ਬੇਇੱਜ਼ਤੀ ਸਮਝਦਾ ਹੋਇਆ ਯੂਪੀ ਦੀ ਬੋਲੀ ਹਿੰਦੀ ਵਿੱਚ ਗੱਲਾਂ ਕਰਾਂ ਤੇ ਉਸ ਨੂੰ ਆਪਣੀ ਪੰਜਾਬੀ ਬੋਲੀ ਉਸ ਨੂੰ ਆਪਣੀ ਪੰਜਾਬੀ ਬੋਲੀ ਦੱਸਾਂ ਠੀਕ ਹੈ ਬੇਟਾ ਦੁਬਾਰਾ ਪੜਦੇ ਹਾਂ ਕਹਿੰਦੇ ਕਿ ਮੈਂ ਅੱਜ ਹੀ ਅਕਲ ਨੂੰ ਆਪਣੇ ਦਿਮਾਗ ਵਿੱਚੋਂ ਰੱਖਣ ਲਈ ਤਿਆਰ ਨਹੀਂ ਦਿਮਾਗ ਵਿੱਚ ਰੱਖਣ ਲਈ ਤਿਆਰ ਨਹੀਂ ਜਿਹੜੀ ਮੈਨੂੰ ਇਹ ਸਿਖਾਵੇ ਕਿ ਮੈਂ ਪੰਜਾਬ ਵਿੱਚ ਰਹਿ ਕੇ ਆਪਣੀ ਬੋਲੀ ਪੰਜਾਬੀ ਵਿੱਚ ਗੱਲਾਂ ਕਰਨ ਤੇ ਬੇਇੱਜ਼ਤੀ ਮਹਿਸੂਸ ਕਰਾਂ ਜਾਂ ਸਮਝਦਾ ਹੋਇਆ ਯੂਪੀ ਦੀ ਬੋਲੀ ਹਿੰਦੀ ਵਿੱਚ ਗੱਲਾਂ ਕਰਿਆ ਤੇ ਉਸ ਨੂੰ ਆਪਣੀ ਬੋਲੀ ਦੱਸਾਂ ਮੈਂ ਪੰਜਾਬੀ ਹਾਂ ਤੇ ਪੰਜਾਬ ਦਾ ਬਜ਼ੁਰਗ ਸ਼ੇਵਕ ਹਾਂ ਇਸ ਲਈ ਮੈਂ ਸਦਾ ਹੀ ਪੰਜਾਬੀ ਬੋਲੀ ਦੇ ਭਲੇ ਦੀ ਇੱਛਾ ਰੱਖਦਾ ਹਾਂ ਠੀਕ ਹੈ ਬੇਟਾ ਇਸ ਤੋਂ ਬਾਅਦ ਸਾਡਾ ਜਿਹੜਾ ਬੇਟਾ ਜੀ ਸਾਰ ਆ ਜਾਂਦਾ ਜਾਂ ਵਿਸ਼ਾ ਵਸਤੂ ਆਏਗਾ ਤਾਂ ਹੀ ਪੜ ਲੈਨੇ ਆ ਕਹਿੰਦੇ ਕਿ ਖੈਰ ਪੰਜਾਬ ਦੀ ਕਵਿਤਾ ਪੰਜਾਬ ਦੇ ਪ੍ਰਸਿੱਧ ਕਵੀ ਫਿਰੋਜ਼ਦੀਨ ਸਰਫ ਦੀ ਲਿਖੀ ਕਵਿਤਾ ਹੈ ਇਸ ਦਾ ਵਿਸ਼ਾ ਕਵੀ ਦਾ ਪੰਜਾਬੀ ਬੋਲੀ ਨਾਲ ਪਿਆਰ ਹੈ ਇਹ ਕਵਿਤਾ ਕਹਿੰਦੇ ਉਸ ਦੇ ਉਸਨੇ 20 ਸਤੰਬਰ 1953 20 ਸਤੰਬਰ 1953 ਈਸਵੀ ਨੂੰ ਪੰਜਾਬੀ ਭਾਸ਼ਾ ਵਿਭਾਗ ਪਟਿਆਲਾ ਦੇ ਪੰਜਾਬੀ ਦਰਬਾਰ ਵਿੱਚ ਪਾਕਿਸਤਾਨ ਤੋਂ ਆ ਕੇ ਪੜੀ ਮਤਲਬ ਜਿਹੜੀ ਕਵਿਤਾ ਲਿਖੀ ਸੀ ਜਦੋਂ ਫੰਕਸ਼ਨ ਹੋਇਆ ਤੇ ਉਸ ਸਮੇਂ ਕਵੀ ਨੇ ਪਾਕਿਸਤਾਨ ਤੋਂ ਆ ਕੇ ਇਹ ਜਿਹੜੀ ਪੰਜਾਬੀ ਵਿੱਚ ਕਵਿਤਾ ਲਿਖੀ ਉਹ ਪੜੀ ਠੀਕ ਹੈ ਇਹ ਕਵਿਤਾ ਉਸ ਦੇ ਪੰਜਾਬੀ ਲਈ ਸੱਚੇ ਪਿਆਰ ਦੀ ਮੂਹੋਂ ਬੋਲਦੀ ਤਸਵੀਰ ਪੇਸ਼ ਕਰਦੀ ਹੈ ਤੇ ਬੇਟਾ ਇਸ ਤੋਂ ਬਾਅਦ ਅਸੀਂ ਜਿਹੜੇ ਦੋਨੇ ਵਿਆਖਿਆ ਭਾਗ ਪੜੇ ਨਾ ਉਹੀ ਦੋਨੇ ਇੱਥੇ ਲਿਖ ਲੈਣੇ ਨੇ ਠੀਕ ਹੈ ਸਾਰੀਆਂ ਗੱਲਾਂ ਉਹ ਹੀ ਲਿਖ ਲੈਣੀਆਂ ਜਿਹੜੇ ਕਿ ਸਾਡੇ ਸਿਰਫ ਵਿਆਖਿਆ ਭਾਗ ਵਿੱਚ ਨੇ ਅੱਗੇ ਅਸੀਂ ਕਰਾਂਗੇ ਕੇਂਦਰੀ ਭਾਵ ਤੇ ਕੇਂਦਰੀ ਭਾਵ ਵਿੱਚ ਇਸ ਤਰ੍ਹਾਂ ਲਿਖਾਂਗੇ ਕਿੰਦੇ ਪੰਜਾਬੀ ਹੋਣ ਕਰਕੇ ਕਵੀ ਦਾ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਹੀ ਪਿਆਰ ਹੈ ਉਹ ਹਮੇਸ਼ਾ ਚਾਹੁੰਦਾ ਹੈ ਕਿ ਉਸ ਦੀ ਬੋਲੀ ਨੂੰ ਆਪਣੇ ਦੇਸ਼ ਵਿੱਚ ਪੂਰਾ ਮਾਨ ਸਤਿਕਾਰ ਮਿਲੇ ਉਹ ਸਦਾ ਹੀ ਆਪਣੀ ਪੰਜਾਬੀ ਬੋਲੀ ਦਾ ਸੇਵਕ ਬਣ ਕੇ ਰਹਿੰਦਾ ਹੋਇਆ ਇਸ ਦੀ ਖੈਰ ਮੰਗਦਾ ਹੈ ਬਣ ਕੇ ਰਹਿੰਦਾ ਹੋਇਆ ਕੀ ਕਰਦਾ ਇਸ ਦੀ ਖੈਰ ਮੰਗਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਜਿਹੜਾ ਇਹ ਵੀ ਕਵਿਤਾ ਜਿਹੜੀ ਕੰਪਲੀਟ ਹੋ ਗਈ ਹੈ ਤੇ ਨੈਕਸਟ ਵੀਡੀਓ ਵਿੱਚ ਹੀ ਨੈਕਸਟ ਕਵਿਤਾ ਕਰਾਂਗੇ ਤੇ ਬੇਟਾ ਇਸ ਵੀਡੀਓ ਨੂੰ ਜ਼ਰੂਰ ਵੇਖਿਆ ਕਰੋ ਕਿਉਂਕਿ ਪੇਪਰ ਸਾਡੇ ਜਿਹੜੇ ਨੇ ਉਹ ਦਸੰਬਰ ਮਹੀਨੇ ਆ ਜਾਣੇ ਨੇ ਮੇਰੇ ਖਿਆਲ ਤਾਂ ਨੂੰ ਜਿਹੜੇ ਨਵੰਬਰ ਮਿਡ ਵਿੱਚ ਤੁਹਾਨੂੰ ਜਿਹੜੀ ਡੇਟ ਸ਼ੀਟ ਵੀ ਮਿਲ ਜਾਏਗੀ ਠੀਕ ਹੈ ਬੱਚਾ ਉਸ ਤੋਂ ਪਹਿਲਾਂ ਅਸੀਂ ਆਪਣਾ ਇੰਗਲਿਸ਼ ਦਾ ਤੇ ਪੰਜਾਬੀ ਦਾ ਸਿਲੇਬਸ ਕਵਰ ਕਰ ਲਾਂਗੇ ਠੀਕ ਹੈ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ